ऑन द ईव ऑफ मैरी क्रिसमस आज हम आपको लेकर चल रहे हैं मन्नत सुपर स्पेशलिटी हॉस्पिटल, जो कि 16 लिंक रोड लाजपत नगर जलंधर में स्थित है। डॉक्टर श्वेता नंदा जी, जो कि MD गायनी एंड ऑब्स्टेट्रिक्स हैं और बांझपन के मरीजों के लिए एक वरदान है। हजारों की गिनती में बेऔलाद जोड़े यहां से संतान सुख की प्राप्ति कर चुके हैं। मन्नत सुपर स्पेशलिटी हॉस्पिटल में आज के टाइम की हर तरीके की मॉडर्न फैसिलिटी मौजूद है। दूर दूर से पेशेंट्स यहां पर पहुंचते हैं और अपना ट्रीटमेंट करवाते हैं। हमारी टीम ने डॉक्टर श्वेता नंदा जी के साथ बातचीत की, जिन्होंने हमें हॉस्पिटल के बारे में जानकारी दी। हमारी टीम ने यहाँ पर पेशेंट्स के साथ भी बातचीत की, जिन्होंने डॉक्टर श्वेता नंदा जी की बेहद तारीफ की। सत श्री अकाल जी, मैं इतने अपना ट्रीटमेंट कराने वास्ते जलंधर हॉस्पिटल मन्नत हॉस्पिटल आई, जिन्हों तो मैंने अपने 18 साल ड्यूटी तो बाद बच्चे की एक दूसरा बच्चा होने की आस मिली। इतों के स्टाफ को देखद हुआ मैडम चवेता नंदा जिन्होंने बहुत अच्छे डॉक्टर साहब है, उन्होंने मैंने संभालिया। इतों के वधिया स्टाफ ने मेरा वधिया ट्रीटमेंट चलाया। ਇੱਥੋਂ ਮੈਂ ਅੱਜ ਪੁੱਤਰ ਨੂੰ ਜਨਮ ਦਿੱਤਾ ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਆਸ ਕਰਦੀ ਹਾਂ ਸਭ ਇਸ ਹੋਸਪਿਟਲ ਨਾਲ ਜੁੜਨ ਅਤੇ ਇੱਦਾਂ ਮੈਨੂੰ ਮੰਗੀਆਂ ਮਰਦਾਂ ਪਾਉਣ। ਇਹਨਾਂ ਦਾ ਨਾਮ ਜਗਤਿੰਦਰ ਕੌਰ ਆ। ਇਹਨਾਂ ਦੇ ਹੁਣ ਕਈ ਸਾਲ ਹੋ ਗਏ ਆ, ਬੱਚਾ ਨਹੀਂ ਸੀ ਹੋਇਆ, ਹੁਣ ਬੇਟੀ ਹੋਈ ਆ। ਸਾਨੂੰ ਕਿਸੇ ਨੇ ਦੱਸਿਆ ਸੀਗਾ ਮਾਨਤ ਹੋਸਪਿਟਲ, ਸਾਨੂੰ ਬਹੁਤ ਵਧੀਆ ਲੱਗਾ ਅਤੇ ਸਾਡਾ ਪੂਰਾ ਇੱਥੇ ਇਲਾਜ ਹੋਇਆ। ਇਹਨਾਂ ਨੂੰ ਡੇਂਗੂ ਬੁਖਾਰ ਵੀ ਹੋ ਗਿਆ ਸੀ, ਸੈੱਲ ਵੀ ਬਹੁਤ ਜ਼ਿਆਦਾ ਘੱਟ ਗਏ ਸੀਗੇ। ਇਹਨਾਂ ਨੇ ਡਾਕਟਰ ਨੇ ਬਹੁਤ ਵਧੀਆ ਇਲਾਜ ਕੀਤਾ। ਇਹਨਾਂ ਨੇ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਡਾਕਟਰ ਸਾਹਿਬ ਦਾ। ਸਾਨੂੰ ਕੋਈ ਉਮੀਦ ਹੀ ਨਹੀਂ ਸੀਗੀ, ਅਸੀਂ ਬਹੁਤ ਹੋਸਪਿਟਲਾਂ ਵਿੱਚ ਗਏ ਹਾਂ ਪਰ ਸਾਨੂੰ ਬਹੁਤ ਵਧੀਆ ਲੱਗਾ ਇੱਥੇ ਆਣ ਕੇ। ਸਾਨੂੰ ਕੋਈ ਆਸ ਨਹੀਂ ਸੀਗੀ, ਹੁਣ ਸਾਡੀ ਬੇਟੀ ਹੋਈ ਆ। ਅੱਜ ਅਸੀਂ ਮਿਲਣ ਜਾ ਰਹੇ ਹਾਂ ਡਾਕਟਰ ਸ਼ਵੇਤਾ ਨੰਦਾ ਜੀ ਨੂੰ। ਦੱਸੋ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ ਦੇ ਵਿੱਚ। ਥੈਂਕ ਯੂ। ਤਾਂ ਸਾਨੂੰ ਦੱਸੋ ਕਿ ਤੁਸੀਂ ਬੜੀ ਦੇਰ ਦੇ ਜਿਹੜਾ ਹੈਗਾ ਇਸ ਫੀਲਡ ਦੇ ਵਿੱਚ, ਫਰਟੈਲਿਟੀ ਦੇ ਫੀਲਡ ਦੇ ਵਿੱਚ ਆਪਣੀ ਸੇਵਾਵਾਂ ਦੇ ਰਹੇ ਹੋ। ਤਾਂ ਸਰ, ਪ੍ਰੈਗਨੈਂਸੀ ਜਿਹੜੀ ਕਿ ਕਿਸੇ ਸਮੇਂ 'ਤੇ ਬੜੀ ਸਿੰਪਲ ਚੀਜ਼ ਮੰਨੀ ਜਾਂਦੀ ਸੀਗੀ, ਲੇਕਿਨ ਅੱਜ ਕੱਲ੍ਹ ਜਿਹੜਾ ਪ੍ਰੈਗਨੈਂਸੀ ਦਾ ਨਾਮ ਆਉਣ ਦੇ ਉੱਤੇ ਲੋਕਾਂ ਨੂੰ ਥੋੜ੍ਹਾ ਜਿਹਾ ਮਤਲਬ ਨਾਲ ਇੱਕ ਡਰ ਵਾਲੀ ਜਿਹੜੀ ਸਥਿਤੀ ਬਣਨ ਲੱਗ ਗਈ ਹੈਗੀ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਅੱਜ ਕੱਲ੍ਹ ਇਹ ਗੱਲ ਬਿਲਕੁਲ ਠੀਕ ਹੈ ਕਿ ਅਸੀਂ ਟਾਈਮ ਦੇ ਨਾਲ ਇਹ ਦੇਖ ਰਹੇ ਹਾਂ ਕਿ ਪ੍ਰੈਗਨੈਂਸੀ ਦੀ ਜਿਹੜੀਆਂ ਕੰਪਲੀਕੇਸ਼ਨਸ ਹੈ ਉਹ ਹੌਲੀ ਹੌਲੀ ਵੱਧਦੀਆਂ ਜਾ ਰਹੀਆਂ, ਜਿਹਨੂੰ ਕੋਈ ਇੱਕ ਨੋਰਮਲ ਫਿਜ਼ੀਓਲੋਜੀਕਲ ਪ੍ਰੋਸੈਸ ਹੋਣਾ ਚਾਹੀਦਾ ਕਿ ਕੁਦਰਤ ਵੱਲੋਂ ਇੱਕ ਹੈਲਦੀ ਪ੍ਰੈਗਨੈਂਸੀ 9 ਮਹੀਨੇ ਆਮ ਤੌਰ 'ਤੇ ਇੱਕ ਨੋਰਮਲ ਪ੍ਰੈਗਨੈਂਸੀ, ਅਸੀਂ ਇਹ ਸੋਚਦੇ ਹਾਂ ਕਿ ਕੋਈ ਐਸੀ ਸੀਰੀਅਸ ਮੈਡੀਕਲ ਜਾਂ ਕੋਈ ਹੋਰ ਕੰਪਲੀਕੇਸ਼ਨ ਨਹੀਂ ਆਏਗੀ। ਲੇਕਿਨ ਕੁਛ ਲਾਈਫ ਸਟਾਈਲ ਦਾ ਫਰਕ ਹੈ, ਬੱਚੇ ਵੀ ਪ੍ਰੈਸ਼ੀਅਸ ਹੈ, ਅੱਜ ਕੱਲ੍ਹ ਹਰੇਕ ਨੇ ਪਲਾਨ ਕਰਨਾ ਹੁੰਦਾ ਆਪਣੇ ਕਰੀਅਰ ਦੇ ਅਕੋਰਡਿੰਗ, ਇੱਕ ਬੇਬੀ ਹੈ ਜਾਂ 2 ਬੇਬੀ ਹੈ, ਔਰ ਫੈਮਿਲੀ ਦਾ ਪੂਰਾ ਫੋਕਸ ਇਸ ਚੀਜ਼ 'ਤੇ ਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਜਿਹੜੀ ਹੈ ਪ੍ਰੈਗਨੈਂਸੀ 'ਚ ਨਾ ਆਵੇ। ਦੂਸਰਾ ਲਾਈਫ ਸਟਾਈਲ ਚੀਜ਼ਾਂ ਹੈਗੀਆਂ, ਡਾਇਟ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ, ਓਬੀਸਿਟੀ ਹੈ ਕਿ ਵਜ਼ਨ ਜ਼ਿਆਦਾ ਹੈ, ਔਰ ਡਾਇਟ ਇੰਨੀ ਕੁ ਰਿਚ ਹੈ ਕਿ ਘਿਓ ਪਾ ਕੇ ਖਾਣਾ ਔਰ ਹੈਵੀ ਫੂਡ ਦਾ ਇੰਨਾ ਪ੍ਰਚਲਨ ਹੈਗਾ ਹੈ, ਥਾਇਰੋਇਡ ਦੀ ਸਮੱਸਿਆ ਵੱਧ ਗਈ ਹੈ, ਔਰ ਇਹਨਾਂ ਸਭ ਚੀਜ਼ਾਂ ਦੇ ਕਰਕੇ ਪ੍ਰੈਗਨੈਂਸੀ ਜੋ ਹੈ ਅਸੀਂ ਦੇਖ ਰਹੇ ਹਾਂ ਕਿ ਟਾਈਮ ਦੇ ਨਾਲ ਨਾਲ ਕੰਪਲੀਕੇਸ਼ਨਸ ਹੈ ਜਿਹੜੀਆਂ ਪ੍ਰੈਗਨੈਂਸੀ ਦੀਆਂ ਉਹ ਵੱਧਦੀਆਂ ਜਾ ਰਹੀਆਂ, ਔਰ ਇਸ ਨੂੰ ਸਪੈਸ਼ਲ ਕੇਅਰ ਦੀ ਜ਼ਿਆਦਾ ਲੋੜ ਪੈ ਰਹੀ ਹੈ। ਪਹਿਲਾਂ ਤਾਂ ਲੇਡੀਜ਼ ਕਹਿ ਦਿੰਦੀਆਂ ਜੀ ਸਾਡੇ ਤਾਂ 4 ਬੱਚੇ ਹੋਏ ਸੀ, ਅਕਸਰ ਮਦਰ ਇਨ ਲਾਜ਼ ਇਹ ਕਹਿਣਗੀਆਂ,
ਲੇਕਿਨ ਹਾਂ ਜਿਹੜੀ ਹੁਣ ਦੀ ਪ੍ਰੈਗਨੈਂਸੀ ਹੈ ਉਹ ਇੱਕ ਸਪੈਸ਼ਲ ਫੋਕਸ ਔਰ ਅਟੈਂਸ਼ਨ ਦੀ ਲੋੜ ਰੱਖਦੀ ਹੈ। ਜਿਹੜੀ ਪ੍ਰੈਗਨੈਂਸੀ ਦੀ ਤਿਆਰੀ ਹੈ ਕਹਿ ਲਓ, ਇਹ ਪ੍ਰੈਗਨੈਂਸੀ ਹੋਣ ਤੋਂ 3 ਮਹੀਨਾ ਪਹਿਲੇ ਚਾਹੀਦੀ ਹੈ। ਸਾਡੇ ਕੋਲ ਬਹੁਤ ਸਾਰੇ ਅੱਜ ਕੱਲ੍ਹ ਲੇਡੀਜ਼ ਜਾਂ ਕਿ ਕੁੜੀਆਂ ਆਉਂਦੀਆਂ ਵੀ ਹੈ, ਲੇਕਿਨ ਵਰਨਾ ਇੱਕ ਫੋਲਿਕ ਐਸਿਡ ਹੈ, ਮੰਨ ਲਓ ਸਿੰਪਲ ਵਿਟਾਮਿਨ ਹੈ, ਜਿਹਦੀ ਕਿ ਜੇ ਡੈਫੀਸ਼ੈਂਸੀ ਹੋਵੇ ਕਿ ਕੋਈ ਕੁੜੀ ਜਾਂ ਨਿਊਲੀ ਮੈਰਿਡ ਜਿਹੜੀ ਲੜਕੀ ਹੈ ਉਹ ਫੋਲਿਕ ਐਸਿਡ ਦੀ ਗੋਲੀ ਜੋ ਮੈਰਿਜ ਦੇ ਨਾਲ ਹੀ ਉਹਨਾਂ ਨੂੰ ਸ਼ੁਰੂ ਕਰਨੀ ਚਾਹੀਦੀ ਹੈ, ਕਿਉਂਕਿ ਜੇ ਸਰੀਰ 'ਚ ਕਿਸੇ ਚੀਜ਼ ਦੀ ਡੈਫੀਸ਼ੈਂਸੀ ਹੋਵੇ ਤਾਂ ਬੱਚੇ ਨੂੰ ਜਮਾਂਦਰੂ ਨੁਕਸ, ਕਈ ਵਾਰ ਅਸੀਂ ਸੁਣਿਆ ਹੋਣਾ ਕਿ ਕਿਸੇ ਬੱਚੇ ਦਾ ਸਿਰ ਨਹੀਂ ਬਣਿਆ ਜਾਂ ਪਿੱਠ 'ਤੇ ਫੋੜਾ ਹੈ ਜਾਂ ਲੱਤਾਂ ਨਹੀਂ ਚੱਲਦੀਆਂ, ਤਾਂ ਇਸ ਤਰ੍ਹਾਂ ਦੀਆਂ ਸੀਰੀਅਸ ਚੀਜ਼ਾਂ ਜੋ ਕਿ ਰੱਬ ਕਰੇ ਕਿਸੇ ਵੀ ਫੈਮਿਲੀ 'ਚ ਨਾ ਹੋਵੇ, ਲੇਕਿਨ ਇਹ ਚੀਜ਼ਾਂ ਦੀ ਇੰਸੀਡੈਂਸ ਵੱਧ ਜਾਂਦਾ ਜੇ ਫੋਲਿਕ ਐਸਿਡ ਜਾਂ ਵਿਟਾਮਿਨਸ ਜਾਂ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੈ ਲੜਕੀ ਦੇ ਵਿੱਚ। ਔਰ ਇੱਕ ਹੋਰ ਬਹੁਤ ਜ਼ਰੂਰੀ ਚੀਜ਼ ਜਿਹੜੀ ਹੈ ਕਿ ਥਾਇਰੋਇਡ, ਅਕਸਰ ਅਸੀਂ ਥਾਇਰੋਇਡ ਦਾ ਟੈਸਟ ਕਰਾਉਣ ਲਈ ਕਹਿੰਦੇ ਤਾਂ ਕਈ ਵਾਰ ਸਾਡੀਆਂ ਜਿਹੜੀਆਂ ਭੈਣਾਂ ਜਾਂ ਕੁੜੀਆਂ ਉਹ ਕਹਿੰਦੀਆਂ ਨਹੀਂ ਜੀ ਸਾਨੂੰ ਕੋਈ ਸਮੱਸਿਆ ਨਹੀਂ ਹੈ, ਤਾਂ ਅਸੀਂ ਟੈਸਟ ਨਹੀਂ ਕਰਾਉਣਾ ਚਾਹੁੰਦੇ। ਲੇਕਿਨ ਇਹ ਟੈਸਟ ਜਿਹੜੇ ਹੈ ਕਿ ਬਲੱਡ ਪ੍ਰੈਸ਼ਰ, ਸ਼ੂਗਰ ਔਰ ਥਾਇਰੋਇਡ, ਇਹ ਪ੍ਰੈਗਨੈਂਸੀ ਤੋਂ ਪਹਿਲਾਂ ਟੈਸਟ ਕਰਨੇ ਜ਼ਰੂਰੀ ਹੈ, ਕਿਉਂਕਿ ਜੇ ਕੋਈ ਇਸ ਤਰ੍ਹਾਂ ਦੀ ਦਿੱਕਤ ਆਵੇ ਤਾਂ ਉਹ ਬੱਚੇ ਦੇ ਦਿਮਾਗ 'ਤੇ ਅਸਰ ਕਰਦੀਆਂ। ਤਾਂ ਪ੍ਰੈਗਨੈਂਸੀ ਤੋਂ ਪਹਿਲਾਂ ਇੱਕ ਫਿਟਨੈਸ ਹੋਣੀ ਜ਼ਰੂਰੀ ਹੈ ਕਿ ਉਹਦੀ ਲੜਕੀ ਦੀ ਬੋਡੀ ਫਿੱਟ ਹੈ ਕਿ ਉਹ ਪ੍ਰੈਗਨੈਂਸੀ ਨੂੰ ਅੱਗੇ ਕੈਰੀ ਕਰ ਸਕਦੀ ਹੈ ਔਰ ਬੇਬੀ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ। ਹਰ ਪ੍ਰੈਗਨੈਂਸੀ ਦੇ ਵਿੱਚ ਜਿਹੜੇ ਪੂਰੇ ਦੁਨੀਆ ਦੇ ਵਿੱਚ ਵਰਲਡ ਓਵਰ ਇਹ ਹੈਗਾ ਕੰਸੈਂਸਸ ਹੈ ਕਿ 3 ਵਾਰ ਅਲਟਰਾਸਾਊਂਡ ਜ਼ਰੂਰੀ ਹੈ, 1 ਵਾਰ 2 ਮਹੀਨੇ 'ਤੇ, 3 ਮਹੀਨੇ 'ਤੇ ਔਰ 4 ਮਹੀਨੇ 'ਤੇ। ਜਿਹੜਾ ਪਹਿਲਾ ਅਲਟਰਾਸਾਊਂਡ ਹੈ ਉਹਦੇ 'ਤੇ ਅਸੀਂ ਇਹ ਦੇਖੀਦਾ, ਕਿਉਂਕਿ ਜਿਹੜੀ ਮਦਰ ਨੂੰ ਫੀਲਿੰਗ ਹੈ ਬੇਬੀ ਦੀ ਉਹ ਆਉਂਦੀ ਹੈ 5 ਮਹੀਨੇ 'ਤੇ ਬਾਅਦ, ਉਸ ਤੋਂ ਪਹਿਲਾਂ ਹੈ। ਇੱਕ ਕਈ ਲੋਕਾਂ 'ਚ ਇਹ ਵੀ ਧਾਰਨਾ ਬਣੀ ਹੋਈ ਹੈ ਕਿ ਜੇ ਅਲਟਰਾਸਾਊਂਡ ਛੇਤੀ ਨਹੀਂ ਕਰਨਾ ਚਾਹੀਦਾ, ਲੇਕਿਨ ਇਹ ਬਿਲਕੁਲ ਗਲਤ ਹੈ। ਜਿਹੜੀਆਂ ਅਲਟਰਾਸਾਊਂਡ ਹੈ ਇਹ ਸਾਊਂਡ ਵੇਵਸ ਹੈ ਕਿ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤਾਂ ਇੱਕ ਹਵਾ ਦੇ ਵਿੱਚ ਸਾਊਂਡ ਵੇਵ ਜਾ ਰਹੀ ਹੈ, ਤਾਂ ਅਲਟਰਾਸਾਊਂਡ ਉਸੇ ਦੀ ਇੱਕ ਵੇਰੀਏਸ਼ਨ ਹੈ, ਇਹ ਬੱਚੇ ਲਈ ਕਿਸੇ ਵੀ ਤਰ੍ਹਾਂ ਦਾ ਹਾਨੀਕਾਰਕ ਨਹੀਂ ਹੈ। ਅਲਟਰਾਸਾਊਂਡ ਕਰਕੇ ਸਾਨੂੰ ਪਤਾ ਲੱਗਦਾ 2 ਮਹੀਨੇ 'ਤੇ ਅਸੀਂ ਚੈੱਕ ਕਰੀਦਾ ਕਿ ਅੰਦਰ ਬੇਬੀ ਦੀ ਗਰੋਥ ਹੋ ਰਹੀ ਹੈ, ਧੜਕਣ ਜਿਹੜੀ ਹੈ ਇਹ 1.5 ਮਹੀਨੇ 'ਤੇ ਹੀ ਬਣ ਜਾਂਦੀ ਹੈ, ਤਾਂ ਇੱਕ ਅਲਟਰਾਸਾਊਂਡ ਉਸ ਵੇਲੇ ਜ਼ਰੂਰੀ ਹੈ। ਔਰ 3 ਔਰ 4 ਮਹੀਨੇ ਦਾ ਜਿਹੜਾ ਅਲਟਰਾਸਾਊਂਡ ਹੈ ਇਹ ਦੇਖਣ ਲਈ ਹੁੰਦਾ ਹੈ ਕਿ ਬੱਚੇ 'ਚ ਕਿਸੇ ਤਰ੍ਹਾਂ ਦਾ ਕੋਈ ਜਮਾਂਦਰੂ ਨੁਕਸ ਦਾ ਰਿਸਕ ਨਾ ਹੋਵੇ, ਬੱਚੇ ਦਾ ਸਿਰ ਬਣ ਰਿਹਾ ਹੈ, ਗਰਦਨ ਬਣ ਰਹੀ ਹੈ, ਸਪਾਈਨ, ਹੱਡੀਆਂ, ਆਰਮਸ, ਲੈਗਸ, ਫਿੰਗਰਸ, ਇੱਕ ਇੱਕ ਚੀਜ਼ ਜਿਹੜੀ ਹੈ, ਬੇਬੀ ਦਾ ਨੱਕ ਕਿਸ ਤਰ੍ਹਾਂ ਹੈ, ਅੱਖਾਂ ਕਿਸ ਤਰ੍ਹਾਂ, ਇਹ ਇੱਕ ਇੱਕ ਚੀਜ਼ ਜਿਹੜੀ ਹੈ ਅਸੀਂ 3 ਔਰ 4 ਮਹੀਨੇ ਦੇ ਸਕੈਨ 'ਤੇ ਚੈੱਕ ਕਰੀਦੀ ਹੈ ਤਾਂ ਜੋ ਅੱਗੇ ਲਈ ਕੋਈ ਵੀ ਦਿੱਕਤ ਨਾ ਆਵੇ। ਟੈਕਨੋਲੋਜੀ ਦੀ ਇੰਨੀ ਫਾਸਟ ਐਡਵਾਂਸਮੈਂਟ ਹੈ ਕਿ ਤੁਸੀਂ ਇਹ ਸੋਚੋ ਕਿ ਹਰ ਸਾਲ ਹੀ ਕੋਈ ਨਾ ਕੋਈ ਨਵਾਂ ਟੈਸਟ ਆਉਂਦਾ ਜੋ ਕਿ ਇੰਨਾ ਕੁ ਵਧੀਆ ਹੁੰਦਾ ਕਿ ਉਹ ਮਤਲਬ ਸਰਕਾਰ ਵੀ ਕਹਿ ਦਿੰਦੀ ਹੈ ਕਿ ਹਾਂਜੀ ਹਰੇਕ ਨੂੰ ਚਾਹੀਦਾ। ਜੋ ਜਨਰਲ ਕੇਅਰ ਤਾਂ ਹੈ ਹੀ ਹੈ ਕਿ ਡਾਇਟ ਅੱਛੀ ਲਿੱਤੀ ਜਾਵੇ, ਨੋਰਮਲ ਐਕਟੀਵਿਟੀ ਰੱਖੀ ਜਾਵੇ, ਟੈਟਨਸ ਦੇ 2 ਇੰਜੈਕਸ਼ਨ, ਇਹ ਚੀਜ਼ਾਂ ਹਰ ਪ੍ਰੈਗਨੈਂਟ ਲੇਡੀ ਲਈ ਜ਼ਰੂਰੀ ਹੈ। ਉਸ ਤੋਂ ਇਲਾਵਾ ਕੁਝ ਖਾਸ ਟੈਸਟ ਹੈ ਜੋ ਕਿ ਜੈਨੇਟਿਕ ਟੈਸਟ ਹੁੰਦੇ, ਸਿੰਪਲ ਬਲੱਡ ਟੈਸਟ ਹੈ, ਲੇਕਿਨ ਉਹਨਾਂ ਦੇ ਨਾਲ ਵੀ ਕੁਝ ਮਦਰ ਦੇ ਵਿੱਚ ਉਹ ਚੈੱਕ ਕਰ ਲਿੱਤੇ ਜਾਂਦੇ ਹੈ ਜਿਹਦੇ ਨਾਲ ਪਤਾ ਲੱਗ ਜਾਂਦਾ ਕਿ ਬੇਬੀ 'ਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਔਰ ਮਸ਼ੀਨਾਂ ਵੀ ਸਾਡੇ ਕੋਲ ਬਾਕੀ ਜਿੱਦਾਂ ਮੰਨ ਲਓ 7 ਮਹੀਨੇ ਹੈ ਜਾਂ 8 ਮਹੀਨੇ ਹੈ, ਕਈ ਵਾਰ ਇਸ ਤਰ੍ਹਾਂ ਸੁਣਨ ਨੂੰ ਆਉਂਦਾ ਕਿ ਜੀ ਸਭ ਠੀਕ ਹੀ ਚੱਲਦਾ ਸੀ ਲੇਕਿਨ ਅਚਾਨਕ ਪਤਾ ਨਹੀਂ ਕੀ ਹੋ ਗਿਆ ਜੀ, ਪੇਟ ਦੇ ਵਿੱਚ ਹੀ ਬੱਚੇ ਨੂੰ ਕਿ ਕੋਈ ਪ੍ਰੋਬਲਮ ਹੋ ਗਈ। ਇਹਨਾਂ ਸਭ ਚੀਜ਼ਾਂ ਦੀ ਡਿਟੈਕਸ਼ਨ ਅਲਟਰਾਸਾਊਂਡ ਤਾਂ ਇੱਕ ਬਹੁਤ ਵਧੀਆ ਮਾਧਿਅਮ ਹੈਗਾ ਹੀ ਹੈ, ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਮਸ਼ੀਨਰੀ ਹੁੰਦੀ ਹੈ, ਜਿਸ ਤਰ੍ਹਾਂ ਕਿ ਨੋਨ ਸਟ੍ਰੈਸ ਟੈਸਟ ਹੁੰਦਾ ਬੱਚੇ ਲਈ ਔਰ ਬੱਚੇ ਦੇ ਹਾਰਟਬੀਟ, ਜਿੱਦਾਂ ਅਸੀਂ ਵੱਡਿਆਂ ਦੀ ਮੰਨ ਲਓ ECG ਹੁੰਦੀ ਹੈ ਕਿ ਜਿਹਦੇ 'ਚ ਉਹਦੀ ਹਾਰਟਬੀਟ ਦਾ ਪਤਾ ਲੱਗਦਾ, ਇਸ ਤਰ੍ਹਾਂ ਦੀਆਂ ਸਪੈਸ਼ਲ ਮਸ਼ੀਨਰੀ ਸਾਡੇ ਕੋਲ ਹੁੰਦੀ ਹੈ ਕਿ ਬੱਚੇ ਦੀ ਮੂਵਮੈਂਟ ਹੋ ਰਹੀ ਹੈ, ਬੱਚਾ ਜਿਹੜਾ ਬੱਚਾ ਅੰਦਰ ਅੱਛੀ ਮੂਵਮੈਂਟ ਕਰ ਰਿਹਾ ਕਿ ਹਰ ਇੱਕ ਦਿਨ ਦੇ ਵਿੱਚ ਮੰਨ ਲਓ 10 ਘੰਟੇ ਦੇ ਵਿੱਚ 10 ਜਾਂ 12 ਮੂਵਮੈਂਟਸ ਬੱਚੇ ਦੀਆਂ ਮਦਰ ਨੂੰ ਫੀਲ ਹੋਣੀਆਂ ਚਾਹੀਦੀਆਂ 6 ਮਹੀਨੇ ਤੋਂ ਬਾਅਦ। ਜੇ ਕੋਈ ਘੱਟ ਮੂਵਮੈਂਟ ਹੋਵੇ, ਬੱਚਾ ਹਿਲਦਾ ਘੱਟ ਹੈ ਜਾਂ ਕਿ ਲੇਡੀ ਦਾ ਵਜ਼ਨ ਨਹੀਂ ਵੱਧ ਰਿਹਾ,
ਕਿ ਜਿਸ ਤਰ੍ਹਾਂ ਵਜ਼ਨ ਘੱਟਦਾ ਜਾ ਰਿਹਾ ਹੈ, ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਹੋਵੇ ਤਾਂ ਉਹ ਇੱਕ ਸਾਈਨ ਹੈ ਕਿ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ, ਔਰ ਉਹਦੇ ਲਈ ਸਪੈਸ਼ਲ ਟੈਸਟ ਹੁੰਦਾ ਬੱਚੇ ਦੀ ਧੜਕਣ ਦਾ, ਹਾਰਟਬੀਟ ਦਾ, ਮੂਵਮੈਂਟ ਦਾ, ਇਹ ਸਭ ਟੈਸਟ ਹੈ ਉਹ ਕਰਕੇ ਆਪਾਂ ਇਨਸ਼ੋਰ ਕਰ ਸਕਦੇ ਹਾਂ ਕਿ ਆਪਣਾ 9 ਮਹੀਨੇ ਦਾ ਜਿਹੜਾ ਜਰਨੀ ਹੈ ਇਹਦੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਜੀ, ਮੇਰਾ ਨਾਮ ਸੰਤੋਸ਼ ਹੈ। ਮੈਰਿਜ 2015 'ਚ ਹੋਈ ਸੀਗੀ ਅਤੇ ਮੇਰੇ ਬੇਬੀ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬੇਬੀ ਕੰਸੀਵ ਨਹੀਂ ਹੋ ਰਿਹਾ ਸੀ ਅਤੇ ਅਸੀਂ ਇੱਥੇ ਮੰਨਤ ਹੋਸਪਿਟਲ ਜਲੰਧਰ ਆਏ ਸੀ। ਇੱਥੇ ਮੈਮ ਨੇ ਰਸੋਲੀਆਂ ਸੀਗੀਆਂ ਅਤੇ ਮੈਮ ਨੇ ਰਸੋਲੀ ਦਾ ਪ੍ਰਸ਼ਨ ਕੀਤਾ ਅਤੇ ਮੇਰੇ ਹਸਬੈਂਡ ਵੀ ਥੋੜ੍ਹੀ ਪ੍ਰੋਬਲਮ ਸੀ, ਮੇਰੇ 'ਚ ਵੀ ਸੀ ਅਤੇ ਮੈਮ ਨੇ ਵੀ ਇਹਦਾ ਟ੍ਰੀਟਮੈਂਟ ਕੀਤਾ ਸਾਡਾ ਇਹਨਾਂ ਦੀ ਮੈਡੀਸਿਨ ਦੇ ਨਾਲ। ਸਾਡੇ ਟ੍ਰੀਟਮੈਂਟ ਕਰਨ ਤੋਂ ਬਾਅਦ ਬੇਬੀ ਕੰਸੀਵ ਹੋਇਆ ਅਤੇ ਹੁਣ ਸਾਡੇ 17 ਸਾਲ ਮੈਰਿਜ ਨੂੰ ਕੰਪਲੀਟ ਹੋਣ ਵਾਲਾ ਸੀ, ਹੁਣ ਸਾਡੇ ਵੀ ਬੇਬੀ ਹੋਇਆ। ਅਸੀਂ ਮੈਮ ਦਾ ਬਹੁਤ ਧੰਨਵਾਦ ਕਰਦੇ ਹਾਂ, ਹੋਸਪਿਟਲ ਬਹੁਤ ਵਧੀਆ, ਮੈਮ ਵੀ ਬਹੁਤ ਵਧੀਆ ਨੇ ਅਤੇ ਸਾਨੂੰ, ਅਸੀਂ ਇੱਥੋਂ ਪੂਰੇ ਸੈਟਿਸਫਾਈਡ ਹੈਗੇ ਹਾਂ ਇਸ ਹੋਸਪਿਟਲ ਤੋਂ, ਮੈਮ ਤੋਂ ਵੀ, ਅਤੇ ਅਸੀਂ ਕਹਿੰਦੇ ਵੀ ਇੱਦਾਂ ਹੀ ਵੀ ਹੋਰ ਵੀ ਆਉਣ ਇੱਥੇ ਅਤੇ ਆਪਣਾ ਵੀ ਟ੍ਰੀਟਮੈਂਟ ਕਰਵਾਉਣ। ਹੈਲੋ, ਅਸੀਂ ਮੰਨਤ ਹੋਸਪਿਟਲ ਆਏ ਸੀਗੇ ਟ੍ਰੀਟਮੈਂਟ ਲਈ। ਐਕਚੁਲੀ ਮੈਨੂੰ ਬਹੁਤ ਦੇਰ ਤੋਂ ਜਿੱਦਾਂ ਪ੍ਰੋਬਲਮ ਸੀਗੀ, ਕੰਸੀਵ ਨਹੀਂ ਹੋ ਰਿਹਾ ਸੀਗਾ ਸਾਡੇ ਬੇਬੀ, ਤਾਂ ਸਾਨੂੰ ਕਿਸੇ ਨੇ ਕਿਹਾ ਸੀ ਕਿ ਇੱਥੇ ਦਵਾਈ ਲਓ, ਟ੍ਰੀਟਮੈਂਟ ਕਰੋ। ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਆਉਂਦਾ ਹੀ ਫਰਕ ਪਿਆ ਟ੍ਰੀਟਮੈਂਟ ਨਾਲ। ਮੈਮ ਬਹੁਤ ਨੇਚਰ ਵਾਈਜ਼ ਵੀ ਅੱਛੇ ਆ, ਔਰ ਹੁਣ ਸਾਡੇ ਬੇਬੀ ਗਰਲ ਆ ਕਿ ਮੈਮ ਨੇ ਸਾਨੂੰ ਇੰਨਾ ਵਧੀਆ ਟ੍ਰੀਟਮੈਂਟ ਦਿੱਤਾ, ਨੇਚਰ ਵਾਈਜ਼ ਵੀ, ਮਤਲਬ ਸਟਾਫ ਵੀ ਬਹੁਤ ਵਧੀਆ, ਕੇਅਰਿੰਗ ਆ। ਇੱਥੇ ਦੇ ਰਿਵਿਊ ਜੇ ਦੇਖੋ ਤਾਂ ਬਹੁਤ ਵਧੀਆ ਹੈ, ਬਹੁਤ ਵਧੀਆ ਸਟਾਫ ਆ ਅਤੇ ਮੈਮ ਦਾ ਨੇਚਰ ਵੀ ਬਹੁਤ ਅੱਛਾ। ਹੁਣ ਅਸੀਂ ਬੇਬੀ ਗਰਲ ਲੈ ਕੇ ਬਹੁਤ ਖੁਸ਼ ਹਾਂ ਇੱਥੋਂ, ਅਤੇ ਮੈਂ ਕਹਿੰਦੀ ਹਾਂ ਵੀ ਜਿੰਨੇ ਵੀ ਹੈਗੇ ਆ ਜਿਨ੍ਹਾਂ ਦੇ ਨਹੀਂ ਬੇਬੀ ਹੁੰਦਾ, ਜ਼ਰੂਰ ਟਰਾਈ ਕਰੋ ਇੱਥੇ ਇੱਕ ਵਾਰੀ।